ਇਹ ਆਪਣੀ ਸ਼ਹਿਦ ਆ ਜੀ ਕਰੀਮ ਤੋਂ। ਇਹ ਨੀਦਰਲੈਂਡ ਦੇ ਫਲਾਵਰ ਨੇ, ਜਿਵੇਂ ਪਾਈਨ ਹੋ ਗਿਆ, ਪਾਈਨ ਦਾ ਥੋੜ੍ਹਾ ਜੰਮਦਾ, ਇੱਕ ਆਪਣੇ ਪੰਜਾਬ 'ਚ ਹੈਗਾ ਆਮ ਲੋਕਾਂ 'ਚ ਬਹੁਤ ਵੀ ਜੰਮਿਆ ਸ਼ਹਿਦ ਵੀ ਨਕਲੀ ਆ, ਜੰਮਣਾ ਕੁਆਲਿਟੀ ਹੁੰਦੀ ਆ ਸ਼ਹਿਦ ਦੀ। ਅਤੇ ਜਿਵੇਂ ਪਾਈਨ ਆ, ਪਾਈਨ ਫਲਾਵਰ ਆ ਇੱਥੇ ਉਹਦਾ ਸ਼ਹਿਦ, ਅਤੇ ਉਵੇਂ ਹੀ ਆਪਣੀ ਥਾਈਮ ਵੀ ਹੈ, ਇਹ ਹਰਬਲ ਹੁੰਦਾ ਪਲਾਂਟ, ਥਾਈਮ ਰੋਜ਼ਮੈਰੀ ਥਾਈਮ ਉਹ ਚੀਜ਼ਾਂ ਦਾ, ਇਹਦਾ ਬਿਲਕੁਲ ਨਹੀਂ ਜੰਮਦਾ ਇੱਥੇ, ਠੰਡ ਵੀ ਆ ਇਸ ਟਾਈਮ। ਅਤੇ ਉਹਦੇ ਵਿੱਚੋਂ ਆਹ ਕਰੀਮ ਦਾ ਹੋ ਗਿਆ, ਇਹ ਨਹੀਂ ਜੰਮਦਾ, ਇਹ ਸੋਰੀ ਇਹ ਜੰਮਿਆ। ਅਤੇ ਐਵੇਂ ਅਲੱਗ ਅਲੱਗ ਨਹੀਂ, ਇਹ ਫਲਾਵਰ 'ਤੇ ਡਿਪੈਂਡ ਕਰਦਾ ਕਿਹੜਾ ਫਲਾਵਰ ਆ, ਕਿਹਦਾ ਸ਼ਹਿਦ ਜੰਮਦਾ, ਕਿਹੜੇ ਫਲਾਵਰ ਦਾ ਨਹੀਂ ਜੰਮਦਾ। ਹੁਣ ਪਾਈਨ ਦਾ ਬਿਲਕੁਲ ਨਹੀਂ ਜੰਮਦਾ। ਅਤੇ ਮੇਰੇ ਕਹਿਣ ਦਾ ਮੇਨ ਮਕਸਦ ਇਹ ਸੀ ਵੀ ਆਪਣੇ ਪੰਜਾਬ 'ਚ ਵੀ ਜਿਵੇਂ ਸਰ੍ਹੋਂ ਦਾ ਸ਼ਹਿਦ ਆ ਉਹ ਜੰਮਦਾ, ਜੰਮਣਾ ਉਹਦੀ ਕੁਆਲਿਟੀ ਆ, ਜਿਵੇਂ ਬੇਰੀ ਦਾ ਘੱਟ ਜੰਮਦਾ, ਮਲਟੀ ਫਲਾਵਰ ਦਾ ਘੱਟ ਜੰਮਦਾ, ਕਿਉਂ ਵੀ ਇਹ ਅਲੱਗ ਅਲੱਗ ਇਹ ਸਾਰੇ ਇੱਥੇ ਦੇ ਹੀ ਨੇ ਨੀਦਰਲੈਂਡ ਦੇ ਸ਼ਹਿਦ। ਅਤੇ ਉਹਦੇ ਵਿੱਚ ਪਾਈਨ ਹੋ ਗਿਆ, ਆਪਣਾ ਥਾਈਮ ਹੋ ਗਿਆ, ਆਪਣਾ ਕਰੀਮ ਹੋ ਗਿਆ, ਅਤੇ ਆਪਣਾ ਫਲਾਵਰ ਹਨੀ ਆ, ਇਹ ਬਿਲਕੁਲ ਘੱਟ ਜੰਮਿਆ, ਇਹ ਵੀ ਨਹੀਂ ਜੰਮਿਆ। ਜਿਵੇਂ ਕੁਛ ਜੰਮਦੇ ਆ ਇਹ 'ਚ ਇਹ ਮੈਟਰ ਚੀਜ਼ ਨਹੀਂ ਕਰਦੀ ਵੀ ਆਪਣੇ ਜੰਮਿਆ ਹੋਇਆ ਸ਼ਹਿਦ ਨਕਲੀ ਆ ਜਾਂ ਨਹੀਂ ਜੰਮਿਆ। ਅਤੇ ਇਹ ਪ੍ਰੋਸੈਸ 'ਤੇ ਆ ਅਤੇ ਫਲਾਵਰ 'ਤੇ ਆ ਵੀ ਆਪਾਂ ਕਿਵੇਂ ਉਹਨੂੰ ਪ੍ਰੋਸੈਸ ਕਰਕੇ ਕਰਦੇ ਹਾਂ ਅਤੇ ਕਿਹੜੇ ਫਲਾਵਰ ਹੁੰਦਾ ਸ਼ਹਿਦ। ਉਵੇਂ ਇੱਥੇ ਇੱਕ ਚੀਜ਼ ਹੋਰ ਦਿਖਾਉਣਾ ਤੁਹਾਨੂੰ, ਇੱਕ ਚੀਜ਼ ਆ ਇੱਥੇ ਚੀਜ਼ ਮਸ਼ਹੂਰ ਆ, ਔਰਗੈਨਿਕ ਚੀਜ਼ ਵੀ ਹੈਗਾ ਇੱਥੇ, ਕਾਓ ਦਾ, ਬੱਕਰੀ ਦਾ, ਭੇਡਾਂ ਦਾ, ਆਪਣੇ ਸਾਰੀਆਂ ਦਾ, ਜਿਵੇਂ ਆ ਗੋਟ ਦਾ ਚੀਜ਼, ਹਰੇਕ ਚੀਜ਼ 'ਚ ਯੂਜ ਕਰਦੇ ਆ, ਹਨੀ ਖਾਣ ਚੀਜ਼, ਇੰਨੇ ਕੁ ਫਲੇਵਰ ਨੇ ਹੱਦੋਂ ਵੱਧ, ਹਰਬਲ ਗਾਰਲਿਕ ਦਾ ਹੋਈ, ਅਲੱਗ ਅਲੱਗ ਚੀਜ਼ ਬਹੁਤ ਮਸ਼ਹੂਰ ਆ ਪੂਰੇ ਹੋਲੈਂਡ 'ਚ, ਆ ਚੀਜ਼ ਆਲ ਓਵਰ ਪੂਰੇ ਹੋਲੈਂਡ ਦੇ ਨੀਦਰਲੈਂਡ 'ਚ। ਸੋ ਧੰਨਵਾਦ ਜੀ, ਇਹ ਮੈਂ ਤੁਹਾਡੀ ਜਾਣਕਾਰੀ ਸ਼ੇਅਰ ਕਰਨੀ ਸੀ ਆਪਣੇ ਫਾਰਮਿੰਗ ਦਾ, ਅਤੇ ਦੱਸਿਆ ਜਾਵੇ ਜੀ। ਅਤੇ ਆਹ ਤੁਹਾਨੂੰ ਥੋੜ੍ਹਾ ਜਿਹਾ ਮਾਹੌਲ ਹੋਲੈਂਡ ਦਾ, ਬਾਹਰ ਦਾ ਮਾਹੌਲ